ਸਾਸਤ੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਬਰਨ ਕੌਰ ਮਾਨ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਸੰਜੀਵ ਯਸ਼ ਖੰਨਾ ਵੈਲਕਮ ਟੂ ਦ ਸ਼ੋ ਸਵਾਗਤ ਹੋ ਗਿਆ ਹੁਣ ਕਰਦੇ ਹਾਂ ਸ਼ੁਰੂਆਤ ਖਬਰਾਂ ਦੀ ਸਭ ਤੋਂ ਅਹਿਮ ਖਬਰ ਆ ਰਹੀ ਹੈ ਉਹਨਾਂ ਵਰਕਰ ਵੀਜ਼ਾ ਦੇ ਲਈ ਤਾਂ ਜਿਹੜੇ ਐਚ1 ਬੀ ਵੀਜ਼ਾ ਨੂੰ ਡੀਕ੍ਰੇਸੀ ਉਹਨਾਂ ਦੇ ਲਈ ਅਮਰੀਕਾ ਨੇ ਬਹੁਤ ਵੱਡੀ ਰਾਹਤ ਦੇ ਦਿੱਤੀ ਹੈ ਜਿਸ ਦਰਮਿਆਨ ਇੰਟਰਵਿਊ ਤੋਂ ਵੀ ਛੋਟ ਮਿਲੇਗੀ ਬਿਲਕੁਲ ਜੀ اور ਬਹੁਤ ਦੇਰ ਤੋਂ ਉਹਨਾਂ ਨੂੰ ਇਸ ਚੀਜ਼ ਦੀ ਉਡੀਕ ਸੀ ਕਿਉਂਕਿ ਕੋਵਿਡ-19 ਤੋਂ ਬਾਅਦ ਹਰੇਕ ਨੂੰ ਲੱਗਦਾ ਸੀ ਕਿ ਮੇਰਾ ਕੀ ਬਣਨਾ ਮੇਰੇ ਕੈਰੀਅਰ ਦਾ ਕੀ ਬਣਨਾ ਹੈ ਤਾਂ ਇਸ ਵੀਜ਼ਾ ਦੇ ਤਹਿਤ ਅਮਰੀਕਾ ਦੀਆਂ ਕੰਪਨੀਆਂਜ਼ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਵੀ ਦੇਸ਼ ਤੋਂ ਵਰਕਰਸ ਨੂੰ ਮੰਗਵਾ ਸਕਦੀ ਹੈ ਟੈਲੈਂਟ ਨੂੰ ਮੰਗਵਾ ਸਕਦੀ ਹੈ ਜਿਸ ਵੀ ਖੇਤਰ ਚ ਕੰਮ ਕਰਨਾ ਚਾਹਣ ਵਿਦਿਆਰਥੀ ਜਾ ਸਕਦੇ ਨੇ ਤੇ ਖੇਤੀਬਾੜੀ ਖੇਤਰ ਦੇ ਜਾ ਵੀ ਸਕਦੇ ਨੇ ਖੇਤ ਗੈਰ ਖੇਤੀਬਾੜੀ ਖੇਤਰ ਦੇ ਵੀ ਜਾ ਸਕਦੇ ਨੇ ਸਕਿੱਲਫੁਲ ਟੈਲੈਂਟ ਉੱਥੇ ਜਾਏਗਾ ਜੋ ਅਮਰੀਕਾ ਨੂੰ ਇੰਡਸਟਰੀ ਨੂੰ ਅਮਰੀਕਾ ਦੀ ਇਕਨੋਮੀ ਨੂੰ ਅਮਰੀਕਾ ਦੇ ਜੋ ਵਰਕਿੰਗ ਪਲੇਸਿਸ ਨੇ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇਗਾ ਜੀ ਬਿਲਕੁਲ ਔਰ ਜੇ ਹੋਰ ਜ਼ਿਆਦਾ ਵਿਸਤਾਰ ਦੇ ਵਿੱਚ ਤੁਸੀਂ ਇਸ ਖਬਰ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਸਪੈਸ਼ਲ ਰਿਪੋਰਟ ਵੀ YouTube ਚੈਨਲ ਦੇ ਉੱਤੇ ਪੋਸਟ ਕਰ ਦਿੱਤੀ ਗਈ ਹੈ ਔਰ ਨਾਲ ਦੇ ਨਾਲ ਖਬਰਾਂ ਦੇ ਵਿੱਚ ਵੀ ਇਸ ਨੂੰ ਚੰਗੀ ਤਰ੍ਹਾਂ ਵਿਸਤਾਰ ਚ ਦੱਸ ਦਿੱਤਾ ਗਿਆ ਹੁਣ ਅਗਲੀ ਖਬਰ ਲੈਂਦੇ ਆ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜੀ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਕਿ ਇਹ ਆਰਜ਼ੀ ਤੌਰ ਤੇ ਹੈ ਟੈਂਪਰਰੀ ਹੈ ਹਾਂ ਟੈਂਪਰਰੀ ਹੈ ਇਹ ਪਰਮਾਨੈਂਟ ਨਹੀਂ ਹੈ ਕਿਉਂਕਿ ਜਿੰਨੀ ਦੇਰ ਤੱਕ ਕੋਈ ਹੋਰ ਹਿੱਲਾ ਵਸੀਲਾ ਨਹੀਂ ਲੱਗਦਾ ਉੰਨੀ ਦੇਰ ਤੱਕ ਸਰਕਾਰ ਨੇ ਜੁਗਾੜ ਲਗਾਇਆ ਕਿਉਂਕਿ ਪੰਜਾਬ 'ਚ ਵੀ ਪੰਜਾਬੀ ਜੁਗਾੜੀ ਹੈ ਫਿਰ ਉਹ ਜਾਣ ਦੇ ਲਈ ਵੀ ਉਧਰ ਲਈ ਸਰਕਾਰਾਂ ਨੇ ਜਗ੍ਹਾੜੀ ਕਰ ਦਿੱਤਾ ਪਰ ਅਲਰਟ ਹੈ ਪੂਰੀ ਸਰਕਾਰ ਔਰ ਜੋ ਵੀ ਕਰੋਨਾ ਨੂੰ ਲੈ ਕੇ ਓਮਿਕਰੋਨ ਨੂੰ ਲੈ ਕੇ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਮੈਡੀਕਲ ਪੁਆਇੰਟ ਆਫ 뷰 ਤੋਂ ਸਕਿਉਰਿਟੀ ਪੁਆਇੰਟ ਆਫ 뷰 ਤੋਂ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਓਵੇਂ ਹੀ ਟੀਕਾਕਰਨ ਹੋਏਗਾ ਓਵੇਂ ਹੀ ਸਭ ਕੁਝ ਹੋਏਗਾ ਬਟ ਆਰਜ਼ੀ ਤੌਰ ਤੇ ਇਹ ਹੈ ਕਿ ਤੁਹਾਨੂੰ ਇੰਟਰਵਿਊ ਨਹੀਂ ਦੇਣੀ ਪੈਗੀ ਡਾਇਰੈਕਟ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਜਾ ਸਕਦੇ ਹੋ ਕਿਉਂਕਿ ਬਹੁਤ ਜ਼ਿਆਦਾ ਨਾ ਬੈਕਲੌਗ ਬਾਕਸ ਜ਼ਿਆਦਾ ਹੈ ਬਹੁਤ ਐਪਲੀਕੇਸ਼ਨ ਇਕੱਠੀਆਂ ਹੋ ਗਈਆਂ ਸੀ ਤਾਂ ਉਹਨੂੰ ਸੁਰ ਵਿੱਚ ਲਿਆਉਣ ਵਾਸਤੇ ਇੱਕ ਸਾਰ ਕਰਨ ਵਾਸਤੇ ਕਿ ਟਾਈਮਲੀ ਸਭ ਕੁਝ ਹੁੰਦਾ ਰਹੇ ਤਾਂ ਇੱਕ ਟੈਂਪੋਰਰੀ ਰਿਲੀਫ ਦਿੱਤੀ ਗਈ ਹੈ ਕਿਉਂਕਿ ਸਟਾਫ ਵੀ ਨਹੀਂ ਸੀਗਾ ਜੀ ਤਾਂ ਹੁਣ ਉਹ ਕੰਮ ਜਿਹੜਾ ਹੈ ਫਾਸਟ ਹੋਏਗਾ ਬਿਨਾ ਇੰਟਰਵਿਊ ਤੋਂ ਵੀਜ਼ੇ ਦਿੱਤੇ ਜਾਣਗੇ ਤਾਂ ਜਦੋਂ ਇਹ ਦੇਖਿਆ ਜਾਏਗਾ ਕਿ ਬਿਲਕੁਲ ਹੁਣ ਬੈਕਲੌਗ ਨਿਕਲ ਗਿਆ ਹੈ ਬਿਲਕੁਲ ਸਮੂਥ ਹੋ ਗਿਆ ਹੈ ਕੰਮ ਹੋ ਸਕਦਾ ਹੈ ਫਿਰ ਤੋਂ ਇਹ ਚੀਜ਼ ਵਾਪਸ ਲੈ ਲਈ ਜਾਵੇ ਔਰ ਫਿਰ ਤੋਂ ਇੰਟਰਵਿਊ ਸ਼ੁਰੂ ਹੋ ਜਾਣ ਜੀ ਕਰੀਰ ਫਿਰ ਅਗਲੀ ਖਬਰ ਦੇ ਵੱਲ ਰੁੱਖ ਅਗਲੀ ਖਬਰ ਲੈਣੇ ਆਪਾਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਅਸਲ ਵਿੱਚ ਦਿੱਲੀ ਦਾ ਜਿਹੜਾ ਏਅਰਪੋਰਟ ਹੈ ਦਿੱਲੀ ਜਿਹਨੂੰ ਆਪਾਂ ਪਿਆਰ ਨਾਲ ਕਹਿੰਦਾ ਉਹਦਾ ਨਿੱਜੀਕਰਨ ਹੋਣ ਤੋਂ ਬਾਅਦ ਦੁਬਾਰਾ ਰੁਖ ਲੋਕਾਂ ਦਾ ਅੰਮ੍ਰਿਤਸਰ ਏਅਰਪੋਰਟ ਦੇ ਵੱਲ ਹੋਣ ਲੱਗ ਗਿਆ ਸੋ ਅੰਮ੍ਰਿਤਸਰ 에어ਪੋਰਟ ਦੇ ਵਿੱਚ ਆਉਣ ਵਾਲੇ ਟਾਈਮ ਚ ਹੋ ਸਕਦਾ ਹੋਰ ਉਡਾਣਾਂ ਵੀ ਸ਼ੁਰੂ ਹੋਣ ਕਾਫੀ ਜ਼ਿਆਦਾ ਉਹਦਾ ਵਿਸਤਾਰ ਵੀ ਸਹੀ ਤਰੀਕੇ ਨਾਲ ਦੁਬਾਰਾ ਹੋਊਗਾ ਕਿਉਂ ਨਹੀਂ ਜੀ ਇਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇੰਟਰਨੈਸ਼ਨਲ 에어ਪੋਰਟ ਹੈ ਔਰ ਕਈ ਵਿਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਉੱਥੋਂ ਜਾਂਦੀਆਂ ਨੇ ਪੰਜਾਬੀਆਂ ਨੂੰ ਸਭ ਤੋਂ ਵਧੀਆ ਸਹੂਲਤ ਮਿਲੀ ਹੋਈ ਹੈ ਕਿਉਂਕਿ ਚੰਡੀਗੜ੍ਹ ਵੀ ਜਾਂਦੇ ਨੇ ਲੋਕ ਉੱਥੋਂ ਵੀ ਜਾ ਕੇ ਫਲਾਈਟਸ ਲੈਂਦੇ ਨੇ ਪਰ ਅੰਮ੍ਰਿਤਸਰ ਜਿਹੜਾ ਨਾ ਬਹੁਤ ਨੇੜੇ ਪੈਂਦਾ ਔਰ ਸਭ ਤੋਂ ਵਧੀਆ ਗੱਲ ਹੈ ਕਿ ਉੱਥੇ ਜਾ ਕੇ ਸ੍ਰੀ ਹਰਮੰਦਰ ਸਾਹਿਬ ਉਹ ਮੱਥਾ ਟੇਕਦੇ ਨੇ ਜਾਂ ਜਾਂਦੇ ਵੇਲੇ ਜਾਂ ਫਿਰ ਅੰਬਰੀ ਸਰ ਏਅਰਪੋਰਟ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਨਿਜੀਕਰਨ ਹੋਣ ਲੱਗਾ ਸੀ ਠੀਕ ਹੈ ਹੁਣ ਦੂਸਰੀਆਂ ਕੰਪਨੀ ਨੇ ਵੀ ਆਪਣੇ ਹੱਥੇ ਚ ਲਿੱਤਾ ਹੈ ਕਿਤੇ ਨਾ ਕਿਤੇ ਗਵਰਨਮੈਂਟ ਦਾ ਵੀ ਦਖਲ ਹੋਏਗਾ ਪਿੱਛੇ ਜਾ ਕੇ ਜਦੋਂ ਅਸੀਂ ਦੇਖਿਆ ਸੀਗਾ ਕਿ ਕਾਫੀ ਹਾਲਾਤ ਠੀਕ ਨਹੀਂ ਸੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਸ਼ਿਕਾਇਤ ਸੀ ਤਾਂ ਉਦੋਂ ਕੋਵਿਡ ਦੇ ਦੌਰਾਨ ਇਹਨਾਂ ਕੰਮ ਹੋ ਵੀ ਨਹੀਂ ਸਕਿਆ ਹੁਣ ਇੱਕ ਨਵਾਂ ਵਾਤਾਵਰਨ ਬਣਿਆ ਹੈ ਨਵੀਂ ਸ਼ੁਰੂਆਤ ਹੋਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਏਅਰਪੋਰਟ ਨੂੰ ਜੋ ਅਜੋਕੇ ਸਮੇਂ ਦੀਆਂ ਜ਼ਰੂਰਤਾਂ ਨੇ ਉਹਦੇ ਮੁਤਾਬਿਕ ਡਿਵੈਲਪ ਕੀਤਾ ਜਾਏਗਾ ਦੇ ਨਾਲ ਦੇ ਨਾਲ ਲੋਕਾਂ ਵਾਸਤੇ ਇੱਕ ਜ਼ਿਆਦਾ ਆਪਰਚੂਨਿਟੀ ਦਾ ਇਹ ਵੀ ਕੇਂਦਰ ਬਣੇਗਾ ਜੀ ਤੇ ਹੁਣ ਰੁਖ ਕਰਦੇ ਆਂ ਅਗਲੀ ਖਬਰ ਦੇ ਵੱਲ ਅਗਲੀ ਖਬਰ ਹੈ ਪਾਕਿਸਤਾਨ ਤੋਂ ਪਾਕਿਸਤਾਨ ਦੇ ਸ਼ਹਿਰ ਕੈਬਰ ਪਖਤੂਨਖਵਾ ਦੇ ਵਿੱਚ ਸਰੀ ਸਾਹਿਬ ਪਹਿਨ ਕੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਪਹਿਲਾਂ ਕੁਝ ਸੂਬਿਆਂ ਦੇ ਵਿੱਚ ਉਥੋਂ ਦੀ ਕੋਰਟ ਵਿੱਚ ਧਾਇਰ ਕੀਤੀ ਗਈ ਸੀ ਪਟੀਸ਼ਨ ਕਿ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਇਸ ਨੂੰ ਪਹਿਨਣ ਦੀ ਆਗਿਆ ਦਿੱਤੀ ਜਾਵੇ ਪਰ ਹੁਣ ਕੋਰਟ ਨੇ ਮਨਾ ਕਰ ਦਿੱਤਾ ਉਹਨਾਂ ਨੇ ਕਹਿ ਦਿੱਤਾ ਕਿ ਜੇ ਤੁਸੀਂ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਜਾਂ ਅਦਾਲਤ ਦੇ ਵਿੱਚ ਜਾਣਾ ਹੈ ਮਤਲਬ ਕਿ ਜਿਹੜੇ ਉਹਨਾਂ ਨੇ ਕੁਝ ਥਾਂ ਬੰਦੇ ਨੇ ਜਿੱਥੇ ਜਿੱਥੇ ਤੁਸੀਂ ਪਾਕ ਨਹੀਂ ਜਾ ਸਕਦੇ ਜੇ ਤੁਸੀਂ ਉੱਥੇ ਸ੍ਰੀ ਸਾਹਿਬ ਨੂੰ ਪਾਕ ਜਾਣਾ ਤੁਹਾਨੂੰ ਬਕਾਇਦਾ ਲਾਇਸੈਂਸ ਲੈਣਾ ਹੋਵੇਗਾ ਠੀਕ ਹੈ ਜੋ ਉਹਨਾਂ ਦੀ ਗਵਰਨਮੈਂਟ ਆਪਣੇ ਵਾਸਤੇ ਠੀਕ ਸਮਝਦੀ ਹੈ ਲਾਇਸੈਂਸ ਲੈਣਾ ਪਏਗਾ ਪਰ ਇਹਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਪਏਗਾ ਔਰ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਪੰਜਾਬ ਵਿੱਚ ਬੈਠੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਦਖਲ ਦੇਣਾ ਚਾਹੀਦਾ ਖਾਸ ਕਰਕੇ ਸਿੱਧੂ ਸਾਹਿਬ ਨੂੰ ਜ਼ਰੂਰ ਦਖਲ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਗਾ ਖੁਲਵਾਉਣ ਦੇ ਵਿੱਚ ਪਹਿਲ ਕੀਤੀ ਇੱਧਰ ਵੀ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਸੋ ਇਹ ਜ਼ਰੂਰੀ ਤੌਰ ਤੇ ਕਿਉਂਕਿ ਸਾਡੇ ਧਰਮ ਨਾਲ ਜੁੜੀਆਂ ਹੋਈਆਂ ਇਹ ਚੀਜ਼ਾਂ ਨੇ ਇਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਠੀਕ ਹੈ ਉਸ ਗਵਰਨਮੈਂ ਪਾਕਿਸਤਾਨ ਦੀ ਗਵਰਨਮੈਂਟ ਨੇ ਜੋ ਡਿਸੀਜਨ ਲਿੱਤਾ ਹੈ ਉਹਨੂੰ ਕਲੀਅਰਫਾਈਜ਼ ਉਹ ਹੀ ਕਰ ਸਕਦੇ ਨੇ ਕਿ ਇਹਦੇ ਵਿੱਚ ਪਰ ਇਹ ਡਿਸੀਜਨ ਕੋਰਟ ਦਾ ਆ ਕੋਰਟ ਦਾ ਡਿਸੀਜਨ ਹੈ ਕਿ ਕੋਰਟ ਦੇ ਵਿੱਚ ਤੁਸੀਂ ਜਦੋਂ ਆਉਣਾ ਹੈ ਤਾਂ ਸਪੈਸ਼ਲ ਤੁਸੀਂ ਪਰਮਿਸ਼ਨ ਲੈਣੀ ਹੈ ਜਿਸੇ ਲਾਇਸੈਂਸ ਲੈਣਾ ਹੈ ਸੋ ਉੱਥੋਂ ਦੀਆਂ ਜੋ ਪਾਕਿਸਤਾਨ ਦੀਆਂ ਸਿੱਖ ਜੱਥੇਬੰਦੀਆਂ ਨੇ ਹਾਲਾਂਕਿ ਉੱਥੇ ਮਾਈਨੋਰਟੀ ਦੇ ਵਿੱਚ ਨੇ ਸਿੱਖ ਫਿਰ ਵੀ ਉਹਨਾਂ ਨੂੰ ਕੁਝ ਕਦਮ ਤਾਂ ਚੁੱਕਣੇ ਹੀ ਪੈਣਗੇ ਆਪਣੀ ਇhtਿਆਤ ਵਾਸਤੇ ਤੇ ਦੂਸਰਾ ਜੋ ਸਿੱਖ ਪਾਈਚਾਰਾ ਪੂਰੀ ਦੁਨੀਆ 'ਚ ਬੈਠਾ ਹੋਇਆ ਹੈ ਉਹਨਾਂ ਨੂੰ ਵੀ ਨਾਲ ਖੜੇ ਹੋਣਾ ਪਏਗਾ ਤਾਂ ਜਾ ਕੇ ਇਹ ਸਮੱਸਿਆ ਹੱਲ ਹੋ ਸਕਦੀ ਹੈ ਔਰ ਜੋ ਪ੍ਰੀਕਾਸ਼ਨਸ ਨੇ ਉਥੋਂ ਦੀ ਗਵਰਨਮੈਂਟ ਲੈਣਾ ਚਾਹੁੰਦੀ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਇਹ ਕੀ ਕਿਉਂ ਪ੍ਰੀਕਾਸ਼ਨਸ ਤੁਸੀਂ ਲੈਣਾ ਚਾਹੁੰਦੇ ਹੋ ਔਰ ਪੰਜਾਬ ਦੀ ਧਰਤੀ ਤੋਂ ਖਾਸ ਕਰਕੇ ਇਹਦੇ ਵਾਸਤੇ ਆਵਾਜ਼ ਉੱਠਣੀ ਚਾਹੀਦੀ ਹੈ ਕਿਉਂਕਿ ਹੁਣ ਕਰਤਾਰਪੁਰ ਸਾਹਿਬ ਅਸੀਂ ਜਾ ਰਹੇ ਹਾਂ ਦਰਸ਼ਨ ਕਰਨ ਜਾ ਰਹੇ ਹਾਂ ਤਾਂ ਲਾਂਗਾ ਵੀ ਖੁੱਲ ਗਿਆ ਹੈ ਦਿਲ ਵੀ ਮਿਲ ਰਹੇ ਨੇ ਗੱਲਾਂ ਵੀ ਹੋ ਰਹੀਆਂ ਨੇ ਤਾਂ ਪਾਕਿਸਤਾਨ ਦੇ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਉੰਨਾਂ ਨੂੰ ਡਾਇਰੈਕਟ ਅਪਰੋਚ ਸਾਨੂੰ ਕਰਨੀ ਚਾਹੀਦੀ ਹੈ ਕਿ ਕਿਤਨਾ ਕਿਤੇ ਇਹ ਜਿਹੜਾ ਲਾਂਗਾ ਖੁੱਲਿਆ ਹੈ ਇਹ ਨਾਲ ਜਿਹੜੇ ਅੱਛੇ ਅਸਾਰ ਬਣੇ ਨੇ ਅੱਛੇ ਸੰਬੰਧ ਬਣਨ ਦੇ ਅਸਾਰ ਬਣੇ ਨੇ ਕਿਤੇ ਉਹਦੇ ਵਿੱਚ ਕੋਈ ਅੜਿੱਕਾ ਨਾ ਪੈ ਜਾਏ ਕਿਉਂਕਿ ਦੇਖੋ ਪਾਕਿਸਤਾਨ ਤਾਂ ਇੰਡੀਆ ਤੋਂ ਹੀ ਵੱਖ ਹੋਇਆ ਹੈ ਨਾ ਔਰ ਪਾਕਿਸਤਾਨ ਦੇ ਵਿੱਚ ਵੀ ਸਿੱਖ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਪਾਕਿਸਤਾਨ ਦੇ ਵਿੱਚ ਹੁੰਦਾ ਹੈ ਔਰ ਪਾਕਿਸਤਾਨ ਚ ਵੀ ਸਿੱਖ ਨੇ ਇੰਡੀਆ ਚ ਵੀ ਸਿੱਖ ਨੇ ਪੂਰੀ ਦੁਨੀਆ ਚ ਸਿੱਖ ਜਿਹੜੇ ਨੇ ਉਹ ਹੈਗੇ ਨੇ ਪਰ ਇਹ ਗੱਲ ਕੋਈ ਕੋਈ ਹੋਰ ਦੇਸ਼ ਹੋਵੇ ਨਾ ਬ੍ਰਿਟੇਨ ਵਰਗਾ ਜੋ ਕੋਈ ਹੋਰ ਦੇਸ਼ ਉਹ ਇਦਾਂ ਦੀ ਗੱਲ ਕਰੇ ਇੱਕ ਵਾਰੀ ਬੰਦਾ ਕਹਿੰਦਾ ਵੀ ਆ ਚਲੋ ਕੋਰਟ ਦੇ ਵਿੱਚ ਪਟੀਸ਼ਨ ਪਾ ਦਿਓ ਪਾਕਿਸਤਾਨ ਚ ਅਜਿਹੇ ਸਵਾਲ ਚੁੱਕੇ ਹੀ ਨਹੀਂ ਜਾਣੇ ਚਾਹੀਦੇ ਸ੍ਰੀ ਸਾਹਿਬ ਨੂੰ ਪਾਉਣ ਦੇ ਉੱਤੇ ਜੋ ਕਿ ਬਹੁਤ ਮੈਨੂੰ ਮੰਤ ਭਾਗੀ ਜੀ ਗੱਲ ਲੱਗਦੀ ਹੈ ਕਿ ਪਾਕਿਸਤਾਨ ਵਰਗੇ ਦੇਸ਼ ਦੇ ਵਿੱਚ ਗਵਾਂਡੇ ਮੁਲਕ ਹੈ ਉੱਥੇ ਸਿੱਖ ਭਾਈਚਾਰਾ ਇੰਨਾ ਜ਼ਿਆਦਾ ਰਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉੱਥੇ ਹੁੰਦਾ ਹੈ ਹਨਾ ਤੇ ਉੱਥੋਂ ਦੇ ਮਤਲਬ ਦੇਸ਼ ਦੇ ਵਿੱਚ ਉੱਥੋਂ ਦੀ ਕੋਰਟ ਦੇ ਵਿੱਚ ਅਜਿਹੇ ਫੈਸਲੇ ਲਏ ਜਾ ਰਹੇ ਨੇ ਮਤਲਬ ਇਹ ਕਿ ਖਤਰਾ ਕੀ ਹੈ ਹੂੰ ਕਿਉਂ ਪ੍ਰੀਕੌਸ਼ਨਸ ਕਿਉਂ ਲਾਇਸੈਂਸ ਹੂੰ ਮੁੱਦੇ ਦਾ ਉੱਠਦੇ ਨੇ ਪਰ ਉੱਥੋਂ ਦੀ ਗਵਰਨਮੈਂਟ ਉੱਥੋਂ ਦੀਆਂ ਕੋਰਟਸ ਕਲੀਅਰਾਈਫਾਈ ਕਰਨ ਫਿਰ ਉਹਦੇ ਉੱਤੇ ਗੱਲਬਾਤ ਹੋ ਸਕਦੀ ਹੈ ਦੂਜੀ ਗੱਲ ਇਹ ਹੈ ਜਿਹੜਾ ਵਟਵਾਰੇ ਦੀ ਗੱਲ ਕਰਦੇ ਆ ਆਪਾਂ ਇਹ ਪੋਲੀਟੀਕਲ ਵਟਵਾਰਾ ਹੈ ਲੋਕਾਂ ਦਾ ਵਟਵਾਰਾ ਤੇ ਕਦੀ ਹੋਇਆ ਹੀ ਨਹੀਂ ਦਿਲਾਂ ਦਾ ਵਟਵਾਰਾ ਤੇ ਕਦੀ ਹੋਇਆ ਹੀ ਨਹੀਂ ਅੱਜ ਵੀ ਉਹੀ ਸੱਭਿਆਚਾਰ ਉਹੀ ਸੰਸਕ੍ਰਿਤੀ ਅਸੀਂ ਦੇਖੋ ਜਦੋਂ ਅਸੀਂ ਉਧਰ ਦੇ ਬਜ਼ੁਰਗਾਂ ਨੂੰ ਤੇ ਇੱਧਰ ਦੇ ਬਜ਼ੁਰਗਾਂ ਨੂੰ ਮਿਲਦੇ ਆਂ ਤਾਂ ਕਿਵੇਂ ਉਹ ਆਪਣੀਆਂ ਪੁਰਾਣੀਆਂ ਗੱਲਾਂ ਦੱਸਦੇ ਨੇ ਕਿਵੇਂ ਉੱਥੇ ਖੇਡਦੇ ਹੁੰਦੇ ਸੀ ਹਾਂ ਜਿਹੜੇ ਗੁਜ਼ਰ ਚੁੱਕੇ ਨੇ ਉਹ ਤਾਂ ਗੁਜ਼ਰ ਚੁੱਕੇ ਨੇ ਪਰ ਜਿਹੜੇ ਉਦੋਂ ਬੱਚੇ ਸੀ ਅੱਜ ਵੱਡੇ ਹੋਏ ਨੇ ਆਪਣੇ ਬਚਪਨ ਨੂੰ ਯਾਦ ਕਰਦੇ ਨੇ ਪਿੱਛੇ ਜੇ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਕਰਤਾਰਪੁਰ ਸਾਹਿਬ ਦਾ ਲਾਂਗਾ ਬਾਅਦ ਕਰਕੇ ਜਦੋਂ ਸ਼੍ਰੀ ਨਨਕਾਣਾ ਸਾਹਿਬ ਗਏ ਨੇ ਦਰਸ਼ਨ ਕਰਨ ਵਾਸਤੇ ਇੱਥੋਂ ਦੇ ਯਾਤਰੀ ਤਾਂ ਉੱਥੋਂ ਇੱਕ ਮੁਸਲਮ ਵੀ ਆਏ ਹੋਏ ਨੇ ਤੇ ਦੋਵੇਂ ਦੋਸਤ ਵੇਲੇ ਇੱਕ ਦੂਜੇ ਨੂੰ ਪਛਾਣ ਲੈ ਤੇ ਕਿਵੇਂ ਜਫਕੀਆਂ ਪਾ ਕੇ ਰੋਂਦੇ ਪਏ ਨੇ ਸੋ ਲੋਕਾਂ ਨੇ ਕਦੀ ਵੰਡੀਆਂ ਨਹੀਂ ਪਾਈਆਂ ਤੇ ਲੋਕ ਕਦੀ ਵੰਡੀਆਂ ਪਾਉਂਦੇ ਵੀ ਨਹੀਂ ਇਹ ਸਿਆਸਤ ਵੰਡੀਆਂ ਪਾਉਂਦੀ ਹੈ ਇਹ ਬਟਵਾਰਾ ਪੋਲੀਟੀਕਲ ਬਟਵਾਰਾ ਹੈ ਲੋਕਾਂ ਦਾ ਬਟਵਾਰਾ ਨਹੀਂ ਲੋਕਾਂ ਦੇ ਮਨਾਂ ਦਾ ਵਡਵਾਰਾ ਨਹੀਂ ਹੈ ਅੱਜ ਵੀ ਲੋਕ ਉੱਥੇ ਖੜੇ ਨੇ ਅੱਜ ਤੁਸੀਂ ਬਾਰਡਰ ਖੋਲਦਿਓ ਫਿਰ ਤੋਂ ਇੱਕ ਦੇਸ਼ ਬਣਾ ਦਿਓ ਮਜ਼ਾਕ ਹੈ ਕੋਈ ਵੰਡਿਆਂ ਦੀ ਗੱਲ ਕਰੇਗਾ ਮਜ਼ਾਕ ਹੈ ਕੋਈ ਬਟਵਾਰੇ ਦੀ ਗੱਲ ਕਰੇਗਾ ਮਜ਼ਾਕ ਹੈ ਕਦੀ 1947 ਦੀ ਗੱਲ ਹੋਏਗੀ ਕਦੀ ਗੱਲ ਨਹੀਂ ਹੋਏਗੀ ਸਾਰੇ ਫਿਰ ਇੱਕ ਮਿਲ ਜਾਣਗੇ ਕਿਉਂਕਿ ਬਜ਼ੁਰਗ ਵੀ ਕਹਿੰਦੇ ਨੇ ਕਿ ਡੰਡਾ ਮਾਰਨ ਨਾਲ ਨਾ ਪਾਣੀ ਵੱਖ ਨਹੀਂ ਹੋਇਆ ਕਰਦੇ ਪਾਣੀ ਫਿਰ ਇੱਕੋ ਜਿੱਕੇ ਹੁੰਦੇ ਨੇ ਜੀ ਬਿਲਕੁਲ ਹੁਣ ਰੁਖ ਕਰਦੇ ਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੰਬ ਵਿਸਫੋਟ ਹੋਇਆ ਇੱਕ ਕੋਟ ਦੇ ਵਿੱਚ ਔਰ ਇਹ ਖਬਰ ਕਾਫੀ ਜ਼ਿਆਦਾ ਗਰਮਾਈ ਹੋਈ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣੀ ਜ਼ਖਮੀਆਂ ਦਾ ਹਾਲ ਪੁੱਛਣ ਵੀ ਪਹੁੰਚੇ ਆ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਇਲਾਜ ਹੈ ਜ਼ਖਮੀਆਂ ਦਾ ਗਵਰਨਮੈਂਟ ਦੇ ਵੱਲੋਂ ਕੀਤਾ ਜਾਏਗਾ ਪਰ ਉਹਨਾਂ ਨੇ ਚਿੰਤਾ ਵੀ ਜ਼ਾਹਿਰ ਕੀਤੀ ਹੈ ਨਾਲ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਦਾ ਬਿਆਨ ਆਇਆ ਕਿ ਪੰਜਾਬ ਦੀ ਸ਼ਾਂਤੀ ਨੂੰ ਕੋਈ ਵੀ ਪੰਗ ਨਹੀਂ ਕਰ ਸਕਦਾ ਇਸ ਬੰਬ ਵਿਸਫੋਟ ਦੇ ਦੌਰਾਨ ਤਰੇੜਾਂ ਆਈਆਂ ਇਮਾਰਤ ਨੂੰ ਇੱਕ ਇਮਾਰਤ ਤਾਂ ਪੁਰਾਣੀ ਸੀ ਉਸ ਨੂੰ ਤਾਂ ਤਰੇੜਾਂ ਆਈਆਂ ਕੁਝ ਨਾਲ ਦੀਆਂ ਨੂੰ ਵੀ ਤਰੇੜਾ ਆ ਗਈਆਂ ਬੰਬ ਧਮਾਕਾ ਇੰਨਾ ਜ਼ੋਰਦਾਰ ਸੀ ਔਰ ਜਿਸ ਬੰਦੇ ਦੇ ਮਰਨ ਦੀ ਖਬਰ ਆਈ ਹੈ ਕਹਿੰਦੇ ਨੇ ਕਿ ਉਸ ਦੇ ਖੂਨ ਦੇ ਛਿੱਟੇ ਵੀ ਤੁਹਾਨੂੰ ਦੇਖਣ ਨੂੰ ਮਿਲੇ ਨੇ ਉੱਥੇ ਇਮਾਰਤਾਂ ਦੇ ਉੱਤੇ ਸੋ ਜਿਹੜੇ ਇਸ ਖਬਰ ਦੇ ਦੌਰਾਨ ਬਾਰ-ਬਾਰ ਕੁਝ ਨਾ ਕੁਝ ਅਟਕਲਾਂ ਲੱਗ ਰਹੀਆਂ ਨੇ ਬੰਬ ਧਮਾਕਾ ਕਿਉਂ ਹੋਇਆ ਕਿਵੇਂ ਹੋਇਆ ਇਸ ਦੇ ਉੱਤੇ ਪੂਰੀ ਜਾਂਚ ਚੱਲ ਰਹੀ ਹੈ ਪਰ ਇਹਨਾਂ ਜ਼ਰੂਰ ਆਇਆ ਕਿ ਧਮਾਕੀ ਵਾਲੀ ਥਾਂ ਦੇ ਉੱਤੇ ਤਿੰਨ ਮੋਬਾਈਲ ਵੀ ਮਿਲੇ ਨੇ ਔਰ ਜਿਹੜਾ ਬੰਦੇ ਦੀ ਡੈਥ ਹੋਈ ਹੈ ਉਹਦੀ ਬਾਹ ਦੇ ਉੱਤੇ ਟੈਟੂ ਵੀ ਮਿਲਿਆ ਤੇ ਉਹਦੀ Laash ਦੀ ਪਛਾਣ ਵੀ ਨਹੀਂ ਹੋਈ ਕਹਿੰਦੇ ਨੇ ਕਿ ਅਣਪਛਾਤੀ Laash ਹੈ ਹੂੰ ਕੌਨਸਪਾਇਰੇਸੀ ਥੀਰੀਜ਼ ਬਹੁਤ ਆ ਰਹੀਆਂ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਤਹਿਕੀਕਾਤ ਜਾਰੀ ਹੈ ਕੁਝ ਇਨਵੋਲਵਮੈਂਟਸ ਦੀ ਵੀ ਗੱਲ ਹੋ ਰਹੀ ਹੈ ਪਰ ਜਦੋਂ ਤੱਕ ਹਰ ਚੀਜ਼ ਮੈਚੂਰ ਨਹੀਂ ਹੋ ਜਾਂਦੀ ਪੁਖਤਾ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਸਨੇ ਸਬੂਤ ਸਨੇ ਗਵਾਹ ਉਹਨਾਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਪੰਜਾਬ ਦੀਆਂ ਇਲੈਕਸ਼ਨਸ ਨੇ ਮਾਹੌਲ ਗਰਮਾਇਆ ਹੋਇਆ ਹੈ ਉਹ ਵੀ ਕਾਰਨ ਹੋ ਸਕਦਾ ਹੈ ਕਿ ਉੱਥੇ ਜੋ ਧਮਾਕੇ ਹੋ ਰਹੇ ਨੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਤਿਉਹਾਰ ਵੀ ਆ ਰਹੇ ਨੇ ਕ੍ਰਿਸਮਸ ਆ ਰਹੀ ਹੈ ਨਵਾਂ ਸਾਲ ਆ ਰਿਹਾ ਹੈ ਤਾਂ ਕੁੱਲ ਮਿਲਾ ਕੇ ਮਾਮਲਾ ਤੇ ਬਹੁਤ ਸੈਂਸਿਟਿਵ ਬਣਿਆ ਹੋਇਆ ਹੈ ਔਰ ਗ੍ਰਿਫਤਾਰੀਆਂ ਵੀ ਹੋ ਸਕਦਾ ਹੈ ਹੁਣ ਕੁਝ ਵੀ ਹੋ ਸਕਦਾ ਹੈ ਜਦੋਂ ਤੱਕ ਤਹਿਕੀਕਾਤ ਜਾਰੀ ਹੈ ਤਾਂ ਕੁਝ ਵੀ ਕਹਿਣਾ ਇਮੈਚੂਰ ਹੋਏਗਾ ਸਮੇਂ ਤੋਂ ਪਹਿਲਾਂ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਇਸ ਬਾਰੇ ਜੀ ਬਿਲਕੁਲ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾ ਨੇ ਕਿਹਾ ਹੈ ਕਿ ਇਹ ਜਿਹੜਾ ਤਮਾਕਾ ਹੋਇਆ ਇਹ ਕਿਤੇ ਨਾ ਕਿਤੇ ਮਜੀਠੀਆਂ ਹੁਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ ਅੱਜਕੱਲ੍ਹ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਉਧੇ ਵੱਲ ਵੀ ਮਤਲਬ ਨਿਸ਼ਾਨ ਕਰਦਾ ਹੈ ਉਹਦੇ ਵੱਲ ਵੀ ਥੋੜਾ ਜਿਹਾ ਨਿਸ਼ਾਨਾ ਕਰਦਾ ਹੈ ਮੈਨੂੰ ਹਾਲਾਂਕਿ ਇਸ ਬਿਆਨ ਦੇ ਉੱਤੇ ਪੂਰੀ ਤਰ੍ਹਾਂ ਸਮਝ ਨਹੀਂ ਆਈ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿ ਉਹ ਬਲੇਮ ਮਜੀਠਿਆ ਤੇ ਲਾਉਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਫੜਨ ਨੂੰ ਪਿੱਛੇ ਜਿਹੜੀ ਅੱਜਕੱਲ ਪੁਲਿਸ ਉਹਨਾਂ ਦੇ ਪਈ ਹੋਈ ਹੈ ਉਹਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ ਸਾਰੇ ਕੁਝ ਗੋਲ ਮੋਲ ਜੀ ਗੱਲ ਹੋ ਗਈ ਕਿਉਰੀਜ਼ ਨੇ ਕਿੰਨੀਆਂ ਥਿਉਰੀਜ਼ ਆ ਰਹੀਆਂ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਔਰ ਐਸੇ ਮੌਕੇ ਆ ਤੇ ਐਸੀਆਂ ਥਿਉਰੀਜ਼ ਆਉਂਦੀਆਂ ਨੇ ਔਰ ਨਾਲ ਦੇ ਨਾਲ ਇਹ ਵੀ ਗੱਲ ਆ ਗਈ ਹੈ ਹੁਣ ਪੰਜਾਬ ਦੇ ਵਿੱਚ ਕਿ ਚੋਣਾ ਆ ਗਈਆਂ ਜਿਵੇਂ ਤੁਸੀਂ ਕਿਹਾ ਸੋ ਚੋਣਾਂ ਦੇ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿੰਨੀ ਜ਼ਿਆਦਾ احتیاط ਹੋਵੇ ਉਨੀ ਜ਼ਿਆਦਾ ਹੋਣ ਇਸ ਟਾਈਮ ਰੱਖਣੀ ਚਾਹੀਦੀ ਹੈ ਰੈਡ ਅਲਰਟ ਹਾਈ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਲੁਧਿਆਣਾ ਜ਼ਿਲ੍ਹੇ ਬਿਲਕੁਲ ਕਿਉਂਕਿ ਸੈਂਸਿਟਿਵ ਹੈ ਮਾਹੌਲ ਲੁਧਿਆਣਾ ਵਿੱਚ ਵੀ ਹੈ ਲੁਧਿਆਣਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਅਲਰਟ ਹੀ ਨੇ ਸਾਰੇ ਅਲਰਟ ਹੋ ਚੁੱਕੇ ਨੇ ਔਰ ਨਾਲ ਦੀ ਨਾਲ ਜਦੋਂ ਅਸੀਂ ਦਰਬਾਰ ਸਾਹਿਬ ਦੀ ਬੇਅਦਬੀ ਦੀ ਅਸੀਂ ਘਟਨਾ ਦੇਖਦੇ ਹਾਂ ਜੋ ਪਿੱਛੇ ਜੇ ਹੋਈ ਹੈ ਉਹਦੇ ਵਿੱਚ ਵੀ ਕਈ ਥਿਉਰੀਜ਼ ਸਾਹਮਣੇ ਆ ਰਹੀਆਂ ਨੇ ਕਿ ਕੋਈ ਹੋਰ ਹੈ ਜਿਹਦਾ ਦਿਮਾਗ ਪਿੱਛੇ ਕੰਮ ਕਰ ਰਿਹਾ ਹੈ ਇਹ ਸਲੀਪਰ ਸੈਲਸ ਹੁੰਦੇ ਨੇ ਜੋ ਪੇਡ ਹੁੰਦੇ ਨੇ ਉਹਨਾਂ ਦੇ ਕਹਿ ਦੇ ਉੱਤੇ ਉਹਨਾਂ ਦੇ ਇਸ਼ਾਰੇ ਦੇ ਉੱਤੇ ਇਸ ਤਰ੍ਹਾਂ ਦੀਆਂ बैठा ਹੋਇਆ ਜੋ ਪਿੱਛੇ ਦਿਮਾਗ ਬੈਠੇ ਹੋਏ ਨੇ ਜੋ ਪਿੱਛੇ ਸ਼ੈਤਾਨ ਲੋਕ ਬੈਠੇ ਨੇ ਉਹਨਾਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਦੀ ਭਾਲ ਕਰਨੀ ਚਾਹੀਦੀ ਹੈ ਸੋ ਇਹ ਗੱਲਾਂ ਇਹ ਨੇ ਕਿ ਪੰਜਾਬ ਦਾ ਮਾਹੌਲ ਬਿਲਕੁਲ ਸੁਖਾਵਾਂ ਰਵੇ ਬਿਲਕੁਲ ਸਹੀ ਰਵੇ ਇਹ ਸਾਡੀ ਸਾਰਿਆਂ ਦੀ ਅਰਦਾਸ ਹੈ ਤੇ ਜਿਹੜੇ ਲੋਕ ਇਸ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ ਬਲਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਮਿਲ ਕੇ ਇਕਜੁੱਟ ਹੋ ਕੇ ਸਾਰੇ ਪਾਈਚਾਰਿਆਂ ਨੂੰ ਇਹਨਾਂ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਖਿਲਾਫ ਪੰਜਾਬ ਸੂਬੇ ਦੇ ਖਿਲਾਫ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਖੜਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਸੂਬੇ ਦੇ ਵਿੱਚ ਸ਼ਾਂਤੀ ਚਾਹੁੰਦੇ ਆਂ ਤਰੱਕੀ ਚਾਹੁੰਦੇ ਆਂ ਤੇ ਅਮਨ ਦੇ ਨਾਲ ਸਾਡੀਆਂ ਇਹ ਇਲੈਕਸ਼ਨਸ ਹੋਣ ਦਿਓ ਆਕੇ ਇੱਕ ਵਧੀਆ ਗਵਰਨਮੈਂਟ ਬਣੇ ਜੋ ਸਰਕਾਰ ਆਕੇ ਸੂਬੇ ਨੂੰ ਸੰਭਾਲ ਲੇ ਲੋਕਾਂ ਨੂੰ ਸੰਭਾਲ ਲੇ ਜੀ ਅਗਲੀ ਖਬਰ ਦੇ ਵੱਲ ਮੁੜ ਕਰਦੇ ਆਂ ਕਿਸਾਨ ਅੰਦੋਲਨ ਖਤਮ ਹੋ ਚੁੱਕਿਆ ਹੈ ਪਰ ਅੰਦੋਲਨ ਜਿਹੜਾ ਦਿੱਲੀ ਦੇ ਬਾਰਡਰਾਂ ਤੋਂ ਚੱਕਿਆ ਗਿਆ ਪਰ ਪੰਜਾਬ ਦੇ ਕਈ ਜਗ੍ਹਾ ਹੱਲੇ ਵੀ ਅੰਦੋਲਨ ਜਾਰੀ ਹੈ ਕਿਉਂਕਿ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਐਮਐਸਪੀ ਨੂੰ ਲੈ ਕੇ ਕਿਸਾਨਾਂ ਨੂੰ ਹੱਲੇ ਤੱਕ ਲਿਖਤੀ ਰੂਪ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੇ ਨਹੀਂ ਹਾਸਲ ਹੋ ਰਹੀਆਂ ਕਮੇਟੀ ਬਣੀ ਹੋਈ ਹੈ 23 ਫਸਲਾਂ ਦੇ ਉੱਤੇ ਐਮ ਐਸ ਪੀ ਚਾਹੀਦੀ ਹੈ ਕਈ ਲੋਕ ਤਾਂ ਕਹਿੰਦੇ ਨੇ ਕਿ ਹੋਰ ਵੀ ਫਸਲਾਂ ਸ਼ਾਮਿਲ ਕੀਤੀਆਂ ਜਾਣ 36 ਹੋਣੀਆਂ ਚਾਹੀਦੀਆਂ ਨੇ ਖੈਰ ਇਹ ਤਾਂ ਡਿਬੇਟ ਦਾ ਮਾਮਲਾ ਹੈ ਕਮੇਟੀ ਬੈਠੀ ਹੋਈ ਹੈ ਨਾਲ ਦੀ ਨਾਲ ਉਹ ਚਾਹੁੰਦੇ ਨੇ ਕਿ ਐਮ ਐਸ ਪੀ ਤੁਸੀਂ ਫਿਕਸ ਕਰ ਦਿਓ ਓਕੇ ਆਲ ਰਾਈਟਰ ਪਰ ਉਸ ਤੋਂ ਬਾਅਦ ਗਾਰੰਟੀ ਕੀ ਹੈ ਕਿ ਤੁਸੀਂ ਖਰੀਦੋਗੇ ਵੀ ਹਾਲਾਂਕਿ ਖਰੀਦਣੀ ਵੀ ਚਾਹੀਦੀ ਹੈ ਗਵਰਨਮੈਂਟ ਕਹਿੰਦੀ ਹੈ ਕਿ ਇੰਨਾ ਪੈਸਾ ਨਹੀਂ ਹੈ ਕਿ ਅਸੀਂ ਨਹੀਂ ਖਰੀਦ ਸਕਦੇ ਪਰ ਐਕਸਪਰਟ ਕਹਿੰਦੇ ਨੇ ਕਿ ਤੁਹਾਨੂੰ ਥੋੜਾ ਬਹੁਤ ਹੀ ਖਰੀਦਣਾ ਪਏਗਾ ਉਸ ਤੋਂ ਬਾਅਦ ਜੋ ਹਵਾ ਬਣ ਜਾਏਗੀ ਨਾ ਮਾਰਕੀਟ ਦੀ ਤੇ ਜਿਹੜੇ ਪ੍ਰਾਈਵੇਟ ਵਪਾਰੀ ਨੇ ਕਈ ਵਾਰ ਉਹ ਖਰੀਦਣ ਜਦੋਂ ਆਉਂਦੇ ਨੇ ਤਾਂ ਜਿਹੜੀ ਸਰਕਾਰ ਨੇ ਐਮਐਸਪੀ ਫਿਕਸ ਕੀਤੀ ਹੁੰਦੀ ਹੈ ਉਸ ਤੋਂ ਮਹਿੰਗੇ ਰੇਟਸ ਦੇ ਉੱਤੇ ਵੀ ਖਰੀਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗਵਰਨਮੈਂਟ ਨੇ ਚੁੱਕ ਲਈ ਹੈ ਸਾਰੀ ਮੰਡੀ ਦੇ ਵਿੱਚੋਂ ਫਸਲ ਔਰ ਕਈ ਵਾਰ 1/3 ਹੀ ਚੁੱਕਣੀ ਪੈਂਦੀ ਹੈ 1/3 ਹੀ ਚੁੱਕਣੀ ਪੈਂਦੀ ਹੈ ਗਵਰਨਮੈਂਟ ਨੂੰ ਬਾਕੀ ਸਾਰੀਆਂ ਸਭ ਤੋਂ ਜ਼ਰੂਰੀ ਖਾਣਾ ਹੁੰਦਾ ਜ਼ਿੰਦਗੀ ਦੇ ਵਿੱਚ ਕਿਸੇ ਵੀ ਬੰਦੇ ਦੇ ਲਈ ਹਨਾ ਖਾਣ ਦੀਆਂ ਚੀਜ਼ਾਂ ਦੇ ਲਈ ਸਰਕਾਰ ਕੋਲ ਪੈਸਾ ਹੈ ਨਹੀਂ ਤੇ ਪੱਥਰਾਂ ਦੇ ਲਈ ਪੈਸਾ ਹੀ ਪੈਸਾ ਤੁਸੀਂ ਦੇਖੋ ਨਾ 1/30 ਚੁਕਣੀ ਪੈਂਦੀ ਹੈ ਗਵਰਨਮੈਂਟ ਨੂੰ ਇੱਕ ਤਿਹਾਈ ਤੇ ਉਸ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਦੇ ਜਿਹੜੇ ਬੈਠੇ ਹੋਏ ਨੇ ਲੋਕ ਉਹ ਆ ਜਾਂਦੇ ਨੇ ਕਿਉਂਕਿ ਔਰ ਜ਼ਿਆਦਾ ਮਹਿੰਗੇ ਦਾਮ ਤੇ ਖਰੀਦਦੇ ਨੇ ਜ਼ਿਆਦਾ ਮਹਿੰਗੀ ਕੀਮਤ ਤੇ ਖਰੀਦਦੇ ਨੇ ਕਿਉਂਕਿ ਇੱਕ ਰੁਖ ਬਣਾਉਣਾ ਹੁੰਦਾ ਹੈ ਗਵਰਨਮੈਂਟ ਨੇ ਇੱਕ ਹਵਾ ਬਣਾਣੀ ਹੁੰਦੀ ਹੈ ਹੁਣ ਗੰਨਾ ਤੇ ਸਾਰਾ ਗੰਨਾ ਮਿਲਜ਼ੀ ਖਰੀਦਦੀਆਂ ਨੇ ਉੱਥੇ ਵੀ ਸਾਰੀ ਖਪਤ ਹੋ ਜਾਂਦੀ ਹੈ ਸੋ ਗਵਰਨਮੈਂਟ ਨੂੰ ਇੱਕ ਵੱਡੀ ਸਟ੍ਰੈਟੇਜੀ ਦੇ ਨਾਲ ਐਫਰਟ ਕਰਨੀ ਪਵੇਗੀ ਇੰਨਾ ਜ਼ਿਆਦਾ ਖਰਚਾ ਨਹੀਂ ਹੋਏਗਾ ਕਿਉਂਕਿ ਬਾਕੀ ਖਰਚੇ ਕਰਨ ਵਾਲੇ ਮੰਡੀ ਚ ਲੋਕ ਬੈਠੇ ਨੇ ਸੋ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਗਾਰੰਟੀ ਵੀ ਮਿਲਣੀ ਚਾਹੀਦੀ ਹੈ ਦੇਖੋ ਨਾ ਕਿ ਬਾਕੀ ਸਾਰੀਆਂ ਕੀਮਤਾਂ ਕਿੰਨੀਆਂ ਵੱਧ ਗਈਆਂ ਤੇ ਜਿਹੜੀ ਖੇਤੀਬਾੜੀ ਤੋਂ ਕੀਮਤ ਹੈ ਜਿਹੜੀ ਖੇਤੀਬਾੜੀ ਤੋਂ ਇਨਕਮ ਐਨੀ ਨਹੀਂ ਵਧੀ ਜਿਹੜੀ ਖਰਚੇ ਨੇ ਵੱਧ ਗਏ ਨੇ ਤਨਖਾਹਾਂ ਕਿੰਨੀਆਂ ਵੱਧ ਗਈਆਂ ਨੇ ਜਦੋਂ ਦੀ ਆਜ਼ਾਦੀ ਮਿਲੀ ਤਕਰੀਬਨ 500 ਗੁਣਾ ਵਧ ਚੁੱਕੀਆਂ ਹੋਣਗੀਆਂ ਤੇ ਪਰ ਬਾਕੀ ਚੀਜ਼ਾਂ ਕਿਸਾਨ ਦੀ ਆਮਦਨ ਓਨੀ ਨਹੀਂ ਵਧੀ ਹੋ ਸਕਦਾ 50 ਤੋਂ 100 ਗੁਣਾ ਹੀ ਵਧੀ ਹੋਵੇ ਤੇ ਜਿਹੜੀਆਂ ਤੁਸੀਂ ਖਰਚੇ ਨੇ 300 ਗੁਣਾ ਤੱਕ ਵੱਧ ਗਏ ਨੇ ਪਰ ਕਿਸਾਨ ਦੀ ਆਮਦਨ ਉੱਥੇ ਖੜੀ ਹੈ ਜ਼ਿਆਦਾ ਨਹੀਂ ਵਧੀ ਸੋ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਸਾਨੂੰ ਚੱਲਣਾ ਚਾਹੀਦਾ ਹੈ ਕਿ ਕਿਸਾਨ ਨੂੰ ਤੁਸੀਂ ਜਿਉਂਦਾ ਰੱਖੋ ਕਿਸਾਨ ਨੂੰ ਤੁਸੀਂ ਸਵਸਥ ਰੱਖੋ ਤਾਂ ਹੀ ਦੇਸ਼ ਬਚੇਗਾ ਜੇ ਉਹਨਾਂ ਨੇ ਖੇਤੀ ਛੱਡ ਦਿੱਤੀ ਫਿਰ ਕੀ ਕਰਾਂਗੇ ਕਿੱਥੋਂ ਖਾਵਾਂਗੇ ਫੈਕਟਰੀਆਂ ਵਿੱਚ ਤੇ ਰੋਟੀਆਂ ਨਹੀਂ ਨਾ ਬਣਨ ਲੱਗੀਆਂ ਸੋ ਸਾਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਐਮਐਸਪੀ ਦੇ ਨਾਲ ਐਮ ਖਰੀਦ ਦੇ ਉੱਤੇ ਗਾਰੰਟੀ ਸਾਨੂੰ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਇੱਕ ਮਾਹੌਲ ਬਣਾਉਣਾ ਚਾਹੀਦਾ ਜੀ ਅਗਲੀ ਖਬਰ ਦੇ ਬਲ ਰੁਕ ਕਰਦੇ ਹਾਂ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਉਹ ਵੇ ਉਹ ਪਾਰਟੀਆਂ ਦਾ ਮਤਲਬ ਬੰਦਿਆਂ ਦਾ ਫੇਰ ਬਦਲ ਚੱਲਦਾ ਰਹਿੰਦਾ ਇੱਧਰਲਾ ਉੱਧਰ ਇੱਧਰਲਾ ਉੱਧਰ ਸੋ ਪਹਿਲਾਂ ਜਿਹੜੇ ਬ੍ਰਹਮਪੁਰਾ ਜੀ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਉਹ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਬ੍ਰਹਮਪੁਰਾ ਜੋ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਮੰਤਰੀ ਵੀ ਰਹੇ ਆ ਜੀ ਦਲ ਬਦਲੀ ਤੇ ਚਲਦੀ ਰਹੇਗੀ ਉਹ ਤਾਂ ਸਾਡੀ ਪਛਾਣ ਹੈ ਜਦੋਂ ਦੀ ਸਾਨੂੰ ਭਾਰਤ ਨੂੰ ਆਜ਼ਾਦੀ ਮਿਲੀ ਹੈ ਤਾਂ ਹੈ ਤੁਸੀਂ ਨੈਸ਼ਨਲ ਪੋਲਿਟਿਕਸ ਦੇਖ ਲਓ ਚਾਹੇ ਸੂਬਿਆਂ ਦਾ ਪੋਲਿਟਿਕਸ ਦੇਖ ਲਓ ਕੋਈ ਇੱਧਰ ਜਾ ਰਿਹਾ ਤੇ ਕੋਈ ਉੱਧਰ ਜਾ ਰਿਹਾ ਜਿਨੂੰ ਜਿੱਥੇ ਫਾਇਦਾ ਦਿਖਦਾ ਪਿਆ ਉਹ ਉੱਧਰ ਜਾ ਰਿਹਾ ਜਥੇਦਾਰ ਕਲਦੀਪ ਸਿੰਘ ਭੋਗਲ ਹੋਣੀ ਵੀ ਹੁਣ ਭਾਜਪਾ ਚ ਸ਼ਾਮਲ ਹੋ ਗਿਆ ਹੈ ਬਿਲਕੁਲ ਬਹੁਤ ਵਧੀਆ ਹੈ ਜਿੱਥੇ ਜਿਹਨੂੰ ਦਿਖਦਾ ਹੈ ਕਿ ਮੈਂ ਇੱਥੇ ਸਮਾ ਸਕਦਾ ਉੱਥੇ ਉਹ ਜ਼ਰੂਰ ਜਾਏਗਾ ਜਿੱਥੇ ਜਿਹਨੂੰ ਫਾਇਦਾ ਦਿਖਦਾ ਹੈ ਜ਼ਰੂਰ ਜਾਏਗਾ ਹਾਂ ਗੱਲ ਕੀਤੀ ਜਾਂਦੀ ਹੈ ਕਿ ਮੈਂ ਫਲਾਣੀ ਪਾਰਟੀ ਦੇ ਜਿਹੜੇ ਆਦਰਸ਼ ਨੇ ਉਹਨਾਂ ਨਾਲ ਮੈਂ ਇਤਿਫਾਕ ਨਹੀਂ ਰੱਖਦਾ ਉਹਨਾਂ ਦੀ ਆਈਡੀਓਲੋਜੀ ਨਾਲ ਵਿਚਾਰਧਾਰਾ ਨਾਲ ਮੈਂ ਸਹਿਮਤ ਨਹੀਂ ਹਾਂ ਇਸ ਤਰ੍ਹਾਂ ਕਿ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਮੈਂ ਸਹਿਮਤ ਹਾਂ ਇਸ ਕਰਕੇ ਮੈਂ ਇੱਥੇ ਆਇਆ ਪਰ ਜੇ ਇੱਥੇ ਵੀ ਗੱਲ ਨਾ ਬਣੀ ਦਾਲ ਨਾ ਗਲੀ ਤੇ ਫਿਰ ਕੁਝੀ ਦੂਜੀ ਪਾਰਟੀ ਦੇ ਵਿੱਚ ਜਾਣਗੇ ਫਿਰ ਇੱਥੋਂ ਦੀ ਵਿਚਾਰਤਾ ਰ ਉਹਨਾਂ ਨੂੰ ਸੂਟ ਨਹੀਂ ਕਰਦੀ ਗੱਲ ਇਹ ਹੈ ਕਿ ਉਹਨਾਂ ਦੇ ਕੈਰੀਅਰ ਨੂੰ ਸੂਟ ਨਹੀਂ ਕਰਦੀ ਭਾਈ ਗੱਲ ਇਹ ਹੈ ਕਿ ਉਹਨਾਂ ਦੀ ਜੋ ਸੁਪਨਿਆਂ ਦਾ ਸੰਸਾਰ ਉਹਨਾਂ ਨੇ ਰਚਿਆ ਹੋਇਆ ਹੈ ਨਾ ਕਿ ਮੈਂ ਆ ਬਣਾ ਤੇ ਆ ਕੁਰਸੀ ਤੇ ਬੈਠਾਂ ਤੇ ਸੱਤਾ ਦੇ ਇਨ੍ਹਾਂ ਗਲਿਆਰਿਆਂ 'ਚ ਮੈਂ ਘੁੰਮਾਂ ਇਹ ਮੇਰੇ ਕੋਲ ਪਾਵਰ ਹੋਵੇ ਉਹ ਜਦੋਂ ਨਹੀਂ ਮਿਲਦੀ ਤਾਂ ਫਿਰ ਉਹ ਕੀ ਹੁੰਦਾ ਹੈ ਕਿ ਬਹਾਨਾ ਇਹ ਹੁੰਦਾ ਹੈ ਕਿ ਮੈਨੂੰ ਆਈਡੀਓਲੋਜੀ ਸੂਟ ਨਹੀਂ ਕਰਦੀ ਇਸ ਕਰਕੇ ਮੈਂ ਦੂਜੇ ਬੰਨੇ ਚੱਲੇ ਹੁਣ ਦੇਖੋ ਕੇਜਰੀਵਾਲ ਸਾਹਿਬ ਆਏ ਨੇ ਅੰਮ੍ਰਿਤਸਰ ਫੇਰ ਆਏ ਨੇ ਢੇੜੇ ਤੇ ਢੇੜਾ ਢੇੜੇ ਤੇ ਢੇੜਾ ਲੱਗਦਾ ਪਿਆ ਦੇ ਲੈ ਢੇੜਾ ਨਹੀਂ ਦੇ ਲੈ ਢੇੜਾ ਉੱਥੋਂ ਵੀ ਬਿਆਨਬਾਜ਼ੀਆਂ ਚਲਦੀਆਂ ਪਈਆਂ ਆਉਣ ਸਾਰੀ ਝੰਮ ਦਿੰਦੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਆ ਨਹੀਂ ਤੁਸੀਂ ਕੀਤਾ ਆ ਨਹੀਂ ਤੁਸੀਂ ਕੀਤਾ ਅਸੀਂ ਦੇਖੋ ਦਿੱਲੀ ਚ ਕਿੰਨਾ ਕੁਝ ਕਰਦੇ ਪਏ ਆ ਸਾਨੂੰ ਪੰਜਾਬ ਚ ਮੌਕਾ ਦਿਓ ਅਸੀਂ ਉਹੀ ਕਰਕੇ ਦਿਖਾਵਾਂਗੇ ਜੋ ਦਿੱਲੀ ਚ ਕਰਦੇ ਪਏ ਆ ਸੋ ਪੰਜਾਬ ਦੀਆਂ ਪਾਰਟੀਆਂ ਕਹਿੰਦੀਆਂ ਨੇ ਕਿ ਅਸੀਂ ਬਾ ਬਾਹਰ ਦੇ ਬੰਦੇ ਨੂੰ ਆਪਣੇ ਸਿਰ ਦੇ ਉੱਤੇ ਕਿਉਂ ਬੈਠਣ ਦਈਏ ਪਰ ਗੱਲ ਇਹ ਹੈ ਕਿ ਨਾ ਕੋਈ ਬਾਹਰ ਦਾ ਹੈ ਤੇ ਨਾ ਕੋਈ ਇੱਥੋਂ ਦਾ ਸਾਰੇ ਇਕੱਠੇ ਹੀ ਆ ਇੱਕ ਬਿਹਤਰ ਪ੍ਰਸ਼ਾਸਨ ਇੱਕ ਬਿਹਤਰ ਸਰਕਾਰ ਜੋ ਦੇ ਸਕਦੇ ਨੇ ਉਹ ਜ਼ਰੂਰ ਦੇਣ ਉਹ ਤਾਂ ਉਦਾਂ ਵੀ ਕੇਜਰੀਵਾਲ ਹੁਣਾਂ ਨੇ ਮਨਨ ਕਰ ਹੀ ਦਿੱਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੂਗੇ ਪੰਜਾਬ ਤੋਂ ਹੀ ਮੁੱਖ ਮੰਤਰੀ ਹੋਣਾ ਫੇਰ ਉਹ ਬਾਹਰਲੇ ਬੰਦੇ ਕਿੱਦਾਂ ਹੋਏ ਬਾਹਰਲੇ ਬੰਦੇ ਇਦਾਂ ਕਿ ਪੰਜਾਬੀ ਮੰਨਦੇ ਨੇ ਕਿ ਉਹ ਪੰਜਾਬ ਦੀ ਪਾਰਟੀ ਪੰਜਾਬ ਦੇ ਲੋਕ ਜਿਹੜੀ ਇਹ ਦੀਵੈਤੀ ਪਾਰਟੀ ਨਹੀਂ ਹੈ ਭਾਜਪਾ ਵੀ ਪੰਜਾਬ ਦੀ ਪਾਰਟੀ ਨਹੀਂ ਹੈ ਬਸਪਾ ਵੀ ਇਕੱਲੀ ਪੰਜਾਬ ਦੀ ਪਾਰਟੀ ਨਹੀਂ ਹੈ ਪਰ ਇਹਨਾਂ ਨੂੰ ਲੱਗਦਾ ਹੈ ਨਾ ਕਿ ਉਹ ਦਿੱਲੀ ਦੀ ਪਾਰਟੀ ਹੈ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਇਹ ਦਿੱਲੀ ਵਾਲੇ ਆ ਕੇ ਸਾਡੇ ਸਿਰ ਤੇ ਬੈਠਣਗੇ ਕਿਉਂਕਿ ਕਿਤਨਾ ਕਿਤੇ ਪੰਜਾਬ ਦਾ ਜੋ ਕਿਸਾਨੀ ਅੰਦੋਲਨ ਚੱਲਿਆ ਹੈ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠਿਆ ਔਰ ਉੱਥੋਂ ਜਾ ਕੇ ਅਸੀਂ ਜਿੱਤ ਕੇ ਵਾਪਸ ਆਏ ਹਾਂ ਤਾਂ ਕਿਤੇ ਨਾ ਕਿਤੇ ਪੰਜਾਬੀ ਨੂੰ ਲੱਗਦਾ ਕਿ ਇਹ ਦਿੱਲੀ ਵਾਲੀ ਪਾਰਟੀ ਐ ਸ਼ਾਇਦ ਉਸੇ ਸੋਚਦੀ ਹੈ ਐਸੇ ਵਕਤ ਇਹ ਆਪਣੇ ਰੰਗ ਨਹੀਂ ਦਿਖਾ ਰਹੀ ਪਰ ਜੋ ਜਿੱਤ ਜਾਣਗੇ ਸ਼ਾਇਦ ਆਪਣੇ ਉਹੀ ਰੰਗ ਦਿਖਾਣ ਜੋ ਦਿੱਲੀ ਵਾਲੇ ਰੰਗ ਨੇ ਇਸ ਕਰਕੇ ਵੀ ਪੰਜਾਬੀਆਂ ਦੇ ਮਨ 'ਚ ਇਹ ਗੱਲ ਆਉਂਦੀ ਹੈ ਰਵਾਇਤੀ ਪਾਰਟੀਆਂ ਵੱਲ ਧਿਆਨ ਜਾਂਦਾ ਪਰ ਉੱਥੇ ਵੀ ਜਦੋਂ ਉਹਨਾਂ ਨੂੰ ਵਿਸ਼ਵਾਸ ਨਹੀਂ ਬੈਂਦਾ ਤਾਂ ਉਹ ਕਹਿੰਦੇ ਨੇ ਕਿਸਾਨ ਆਪਣੀ ਕੋਈ ਪਾਰਟੀ ਬਣਾਉਣ ਅਸੀਂ ਉਹਨਾਂ ਦੇ ਵੱਲ ਜਾਈਏ ਬਿਲਕੁਲ ਤਾਂ ਇਸ ਕਰਕੇ ਜੋ ਪੰਜਾਬੀਆਂ ਦਾ ਮੰਨ ਹੈ ਨਾ ਇਸ ਵਕਤ ਕਿਤੇ ਟਿਕਦਾ ਨਹੀਂ ਪਿਆ ਤੇ ਕੇਜਰੀਵਾਲ ਸਾਹਿਬ ਇਸ ਗੱਲ ਨੂੰ ਸਮਝਦੇ ਨੇ ਇਸ ਕਰਕੇ ਬਾਰ-ਬਾਰ ਦੇਲੇ ਗੇੜਾ ਵਾਲੀ ਤੁਹਾਡੀ ਗੱਲ ਆ ਰਹੀ ਹੈ ਉਹ ਗੇੜਾ ਦੇਣ ਆਉਂਦੇ ਨੇ ਤੇ ਸਮਝਾਉਂਦੇ ਨੇ ਕਿ ਨਹੀਂ ਭਾਈ ਅਸੀਂ ਤੁਹਾਡੇ ਮਨਾਂ ਦੇ ਮੁਤਾਬਕ ਹੀ ਚੱਲਾਂਗੇ ਇੱਥੋਂ ਦਾ ਹੀ ਬੰਦਾ ਮੁੱਖ ਮੰਤਰੀ ਬਣੇਗਾ ਕਿਉਂਕਿ ਇੱਕ ਬੰਦਾ ਦੋ ਥਾਂ ਦਾ ਤੇ ਮੁੱਖ ਮੰਤਰੀ ਬਣ ਨਹੀਂ ਸਕਦਾ ਇਹ ਤਾਂ ਸੰਵਿਧਾਨ ਵੀ ਇਜਾਜ਼ਤ ਨਹੀਂ ਦਿੰਦਾ ਸਾਨੂੰ ਤਾਂ ਮੁੱਖ ਮੰਤਰੀ ਇੱਥੋਂ ਦਾ ਹੀ ਹੋਏਗਾ ਪਰ ਲੋਕਾਂ ਦੇ ਮਨ 'ਚ ਇਹ ਹੈ ਕਿ ਹਾਈ ਕਮਾਂਡ ਦਿੱਲੀ ਬੈਠੀ ਹੈ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਹੈਗਾ ਤਾਂ ਮੁੱਖ ਮੰਤਰੀ ਭਾਵੇਂ ਇੱਥੋਂ ਦਾ ਹੋਵੇ ਮੈਂ ਤੁਹਾਨੂੰ ਹੀ ਆਪ ਦੀ ਸਾਰੀ ਪਾਰਟੀ ਬਣੇ ਪਰ ਫਿਰ ਵੀ ਜੋ ਮਨਚ ਹੈ ਉਹ ਮਨਾ ਚੱਲ ਰਿਹਾ ਹੈ ਇਸ ਕਰਕੇ ਦੇਖਣਾ ਚਾਹੁੰਦੀ ਹੈ ਪੰਜਾਬ ਦੀ ਪਬਲਿਕ ਕੇ ਕਿਸਾਨਾਂ ਵੱਲੋਂ ਕੋਈ ਪਾਰਟੀ ਆਵੇ ਉਹ ਸੰਭਾਲੇ ਬਾਗਡੋਰ ਤੇ ਅਸੀਂ ਉਹਤੇ ਵਿਸ਼ਵਾਸ ਕਰੀਏ ਕਿਉਂਕਿ ਉਹਨਾਂ ਸਾਰੇ ਜੁੜਨਗੇ ਜੀ ਕਿਉਂਕਿ ਜਿਹੜੀ ਸਰਕਾਰ ਹੈ ਉਹ ਇਸ ਟਾਈਮ ਹੈ ਕਾਂਗਰਸ ਦੀ ਪਰ ਉਸ ਤੋਂ ਪਹਿਲਾਂ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਪਰ ਹੁਣ ਇੱਕ ਵਾਰੀ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਚਾਹੁੰਦੀ ਹੈ ਕਿ ਉਹ ਸੱਤਾ ਜਾਵੇ ਆਮ ਆਦਮੀ ਪਾਰਟੀ ਵਿੱਚ ਚਾਹੁੰਦੀ ਹੈ ਉਹ ਸੱਤਾ ਜਾਵੇ ਕਾਂਗਰਸ ਚਾਹੁੰਦੀ ਹੈ ਅਸੀਂ ਇੱਕ ਵਾਰੀ ਫਿਰ ਤੋਂ ਆਪਣੀ ਸਰਕਾਰ ਬਣਾਈਏ ਪਰ ਹੋਰ ਵੀ ਕਈ ਨਿੱਕੀਆਂ ਨਿੱਕੀਆਂ ਪਾਰਟੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਪਰ ਹੁਣ ਖਾਸ ਕਰ ਲ ਇਹ ਹੁੰਦੀ ਹੈ ਕਿ ਜਿਹੜੇ ਗੁਰਨਾਮ ਸਿੰਘ ਚੜੂਨੀ ਹੋਣੀ ਹੈ ਉਹ ਪਾਰਟੀ ਅਨਾਉਂਸ ਕਰ ਦਿੰਦੇ ਨੇ ਠੀਕ ਹੈ ਹਲੇ ਸੰਜੁਕਤ ਕਿਸਾਨ ਮੋਰਚੇ ਦੀ ਕਾਲ ਉਹਨਾਂ ਦੀ ਪਾਰਟੀ ਦੇ ਨਾਲ ਜੁੜੀ ਹੋਈ ਨਹੀਂ ਆਈ ਸੋ ਜੇ ਕਿਸਾਨਾਂ ਦੀ ਸਰਕਾਰ ਆਉਂਦੀ ਹੈ ਵਾਕਈ ਲੋਕਾਂ ਨੂੰ ਇੱਕ ਨਵਾਂ ਵਿਕਲਪ ਮਿਲ ਜਾਏਗਾ ਕਿਉਂਕਿ ਲੋਕ ਕੁਝ ਨਵਾਂ ਵਿਕਲਪ ਚਾਹੁੰਦੇ ਵੀ ਇਹ ਗੱਲ ਉੱਥੇ ਆ ਜਾਂਦੀ ਕਿ ਤੇ ਆਪਣੀ ਮਿਕਸ ਵੈਜੀਟੇਬਲ ਨਾਲ ਬਣ ਜਾਏ ਪਰ ਇਸ ਦਰਮਿਆਨ ਇੱਕ ਹੋਰ ਬਹੁਤ ਵੱਡਾ ਬਿਆਨ ਆਉਂਦਾ ਉਹ ਬਿਆਨ ਇਸ ਲਈ ਵੱਡਾ ਹੈ ਉਹ ਦਿੱਤਾ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਤੇ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਕਿਹਾ ਮੈਨੂੰ ਜੇ ਕਹਿਣਗੇ ਪਾਰਟੀ ਵਾਲੇ ਜੇ ਤੁਸੀਂ ਲੋਕ ਕਹੋਗੇ ਇੱਕ ਵਾਰੀ ਚੋਣਾਂ 'ਚ ਖੜਨ ਨੂੰ ਫਿਰ ਤੋਂ ਮੈਂ ਖੜੂੰਗਾ ਦੇਖੋ ਦਾਦਾ ਉਹਨਾਂ ਦੀ ਇਸ ਉਮਰ ਦੇ ਵਿੱਚ ਵੀ ਉਹਨਾਂ ਦੇ ਜਜ਼ਬੇ ਨੂੰ ਕਮਾਲ ਹੈ ਠੀਕ ਹੈ ਉਹਨਾਂ ਦੀ ਸਿਹਤ ਦਾ ਖਿਆਲ ਕਰਦੇ ਹੋਏ ਜਿਸ ਤਰ੍ਹਾਂ ਵੀ ਉਹ ਠੀਕ ਸਮਝਣ ਜੋ ਵੀ ਉਹਨਾਂ ਦੇ ਡਾਕਟਰਸ ਉਹਨਾਂ ਨੂੰ ਅਲਾਉ ਕਰਨ ਕਿਉਂਕਿ ਕਈ ਵਾਰ ਇਸ ਏਜ ਕਹਿੰਦਾ ਕਿ ਤੁਸੀਂ ਇੰਨੀ ਭੱਜ ਦੌੜ ਨਹੀਂ ਕਰ ਸਕਦੇ ਤੁਸੀਂ ਇੱਕ ਐਡਵਾਈਜ਼ਰ ਦੇ ਤੌਰ ਤੇ ਇੱਕ ਬਜ਼ੁਰਗ ਦੇ ਤੌਰ ਤੇ ਸਿਰ ਦੇ ਉੱਤੇ ਬੈਠੋ ਸਭ ਦੇ ਉੱਤੇ ਨਜ਼ਰ ਰੱਖੋ ਸਭ ਨੂੰ ਸਲਾਹ ਦਿਓ ਸਭ ਨੂੰ ਸੇਧ ਦਿਓ ਕਿ ਕੀ ਵੀ ਕਿਹਾ ਜਾਂਦਾ ਹੈ ਔਰ ਸਾਡੇ ਸ਼ਾਸਤਰ ਵੀ ਕਹਿੰਦੇ ਨੇ ਕਿ ਇੱਕ ਥਾਂ ਦੇ ਉੱਤੇ ਆ ਕੇ ਵਾਨ ਪ੍ਰਸਤਾਸ਼ਰਮ ਸ਼ੁਰੂ ਹੁੰਦਾ ਹੈ ਵਾਨ ਪ੍ਰਸਤਾਸ਼ਰਮ ਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਗਾਈਡ ਕਰਦੇ ਹੋ ਤੁਸੀਂ ਐਕਟਿਵ ਪੋਲਿਟਿਕਸ ਤੋਂ ਬਾਹਰ ਆ ਚੁੱਕੇ ਹੋ ਜੋ ਰਾਜਾ ਮਹਾਰਾਜਾ ਦਾ ਦੌਰ ਸੀ ਉਦੋਂ ਇਦਾਂ ਚੱਲਦਾ ਸੀ ਖੈਰ ਬਜ਼ੁਰਗ ਨੇ ਜ਼ਰੂਰ ਉਹਨਾਂ ਨੂੰ ਇਲੈਕਸ਼ਨ 'ਚ ਖੜੇ ਹੋਣਾ ਚਾਹੀਦਾ ਜੇ ਸਿਹਤ ਅਲਾਉ ਕਰਦੀ ਹੈ ਜ਼ਰੂਰ ਕੰਮ ਕਰਨ ਕਿ ਕਿ ਅਸੀਂ ਤਾਂ ਚਾਹੁੰਦੇ ਆ ਇਹ ਕਿਉਂ ਨਾ ਐਸੇ ਬਜ਼ੁਰਗ ਔਰ ਐਸੇ ਤਜਰਬੇਕਾਰ ਲੋਕ ਸਾਡੇ ਸਿਰ ਤੇ ਬੈਠਣ ਨਾਲ ਦੀ ਨਾਲ ਇਹ ਹੈ ਕਿ ਨੌਜਵਾਨਾਂ ਨੂੰ ਉਹਨਾਂ ਕੋਲੋਂ ਸਿੱਧ ਜ਼ਰੂਰ ਲੈਣੀ ਚਾਹੀਦੀ ਕਿਉਂਕਿ ਉਹਨਾਂ ਕੋਲ ਬਹੁਤ ਗਿਆਨ ਹੈ ਉਹਨਾਂ ਕੋਲ ਬਹੁਤ ਤਜਰਬਾ ਹੈ ਜੋ ਸਾਡੇ ਸਾਰਿਆਂ ਦੇ ਕੰਮ ਆ ਸਕਦਾ ਹੈ ਨਾਲ ਦੀ ਨਾਲ ਗੱਲ ਇਹ ਹੈ ਕਿ ਜਿਹੜੀਆਂ ਪਾਰਟੀਆਂ ਨੇ ਉਹ ਜਦੋਂ ਆ ਜਾਂਦੀਆਂ ਨੇ ਪਾਵਰ ਦੇ ਵਿੱਚ ਫਿਰ ਕਿਸੇ ਦੀ ਪਰਵਾਹ ਨਹੀਂ ਕਰਦੀਆਂ ਜੋ ਬੰਦਾ ਪਾਵਰ 'ਚ ਹੁੰਦਾ ਉਹ ਕਹਿੰਦਾ ਮੈਂ ਹੀ ਮੈਂ ਆ ਜੋ ਮੈਂ ਕਰ ਦਵਾ ਉਹ ਠੀਕ ਜੋ ਮੈਂ ਸੋਚਿਆ ਉਹ ਠੀਕ ਔਰ ਮੇਰੇ ਮੁਤਾਬਕ ਇਹ ਸਭ ਨੂੰ ਚੱਲਣਾ ਚਾਹੀਦਾ ਜਿਹੜਾ ਮੇਰੇ ਖਿਲਾਫ ਹੈ ਫਿਰ ਉਹਦੀ ਖੈਰ ਨਹੀਂ ਇਹ ਹਰੇਕ ਦੀ ਸੋਚ ਹੁੰਦੀ ਹੈ ਔਰ ਪ੍ਰੈਕਟੀਕਲ ਲਾਈਫ ਇਹੀ ਹੈ ਕਿ ਜਿਸ ਨੂੰ ਪਾਵਰ ਦਿੱਤੀ ਉਹਨੇ ਆਪਣੀ ਮਨਮਰਜ਼ੀ ਜ਼ਰੂਰ ਕਰਨੀ ਹੁੰਦੀ ਹੈ ਬਹੁਤ ਹੀ ਘੱਟ ਭਲੇ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੀ ਮਨਮਰਜ਼ੀ ਨਹੀਂ ਕਰਦੇ ਜਨਤਾ ਦੀ ਸੁਣਦੇ ਨੇ ਆਪਣੇ ਸਾਰੇ ਪਾਰਟੀ ਵਰਕਰਸ ਦੀ ਸੁਣਦੇ ਨੇ ਆਪਣੀ ਪੂਰੀ ਟੀਮ ਦੀ ਸੁਣਦੇ ਨੇ ਬਾਦਲ ਪਰਿਵਾਰ ਦੀ ਗੱਲ ਚੱਲੀ ਹੈ ਤਾਂ ਬੀਬੀ ਸਿਮਰਤ ਕੌਰ ਬਾਦਲ ਹੁਣਾਂ ਨੇ ਵੀ ਕਹਿ ਦਿੱਤਾ ਕਿ ਮਜੀਠੀਆ ਜਿਹੜੇ ਨੇ ਬਿਲਕੁਲ ਬੇਕਸੂਰ ਨੇ ਬਿਲਕੁਲ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਸੁਪਨਾ ਆਇਆ ਸੀ ਮਜੀਠੀਆ ਸਾਹਿਬ ਬਾਰੇ ਇਹ ਜ਼ਰੂਰ ਇੱਕ ਮਿਲੀਪਗਤ ਹੈ ਇਹ ਜ਼ਰੂਰ ਇੱਕ ਸਾਜ਼ਿਸ਼ ਹੈ ਉਹਨਾਂ ਦੇ ਖਿਲਾਫ ਕੋਈ ਗਵਾਹ ਨਹੀਂ ਕੋਈ ਸਬੂਤ ਨਹੀਂ ਆਪਣੀ ਪਾਵਰਸ ਅ ਮਿਸਯੂਜ਼ ਕਰਕੇ ਉਹਨਾਂ ਦੇ ਖਿਲਾਫ ਐਫ ਆਈ ਆਰ ਲੌਂਚ ਕੀਤੀ ਗਈ ਹੈ ਜਦਕਿ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਕੇਸ ਅਜੇ ਪੈਂਡਿੰਗ ਨੇ ਖੈਰ ਮੁਜੀਠੀਆ ਸਾਹਿਬ ਨੇ ਵੀ ਅਪਲਾਈ ਕੀਤੀ ਹੈ ਬੇਲ ਮੁਹਾਲੀ ਦੇ ਕੋਰਟ ਦੇ ਵਿੱਚ ਦੇਖੋ ਹੁਣ ਕੀ ਬਣਦਾ ਸੋ ਚੰਨੀ ਸਾਹਿਬ ਨੇ ਵੀ ਪ੍ਰੈਸ ਕਾਨਫਰੈਂਸ ਕੀਤੀ ਹੈ ਉਹ ਕਹਿੰਦੇ ਨੇ ਕਿ ਜੋ ਵੀ ਰਿਪੋਰਟਸ ਆਈਆਂ ਸੀ ਔਰ ਰਿਪੋਰਟਸ ਦੱਸਦੀਆਂ ਨੇ ਕਿ ਮਜੀਠੀਆ ਸਾਹਿਬ ਦਾ ਨਾਮ ਉਹਦੇ ਵਿੱਚ ਇਨਵੋਲਡ ਹੈ ਔਰ ਹਾਈ ਕੋਰਟ ਦੀ ਜੋ ਇਨਸਟਰਕਸ਼ਨਸ ਨੇ ਉਹਦੇ ਮੁਤਾਬਕ ਹੀ ਕਾਰਵਾਈ ਹੋਈ ਹੈ ਕਿਉਂਕਿ ਜਦੋਂ ਮੇਰੇ ਸਾਹਮਣੇ ਸਾਰੀਆਂ ਗੱਲਾਂ ਆਈਆਂ ਤੇ ਫਿਰ ਇਹ ਮੈਂ ਫੈਸਲਾ ਲੈਂਦਾ ਹੈ ਪਹਿਲਾਂ ਕੈਪਟਨ ਸਾਹਿਬ ਬੈਠੇ ਹੋਏ ਸੀ ਇਸ ਗੱਡੀ ਦੇ ਉੱਤੇ ਉਹਨਾਂ ਨੇ ਕੋਈ ਫੈਸਲਾ ਨਹੀਂ ਲੀਤਾ ਪਰ ਮੈਂ ਜਦੋਂ ਦੇਖਿਆ ਕਿ ਰਿਪੋਰਟਸ ਇਦਾਂ ਨੇ ਤੇ ਮੈਂ ਇਹ ਪਰਮਿਸ਼ਨਸ ਦਿੱਤੀਆਂ ਨੇ ਜੋ ਵੀ ਪਰਮਿਸ਼ਨਸ ਉਹਨਾਂ ਨੂੰ ਸੀਐਮ ਤੋਂ ਚਾਹੀਦੀਆਂ ਹੁੰਦੀਆਂ ਨੇ ਕਾਰਵਾਈ ਕਰਨ ਵਾਸਤੇ ਜੀ ਬਿਲਕੁਲ ਸੋ ਇਹ ਗੱਲਾਂ ਸਾਰੀਆਂ ਸਾਹਮਣੇ ਆ ਰਹੀਆਂ ਨੇ ਪਰ ਹਜੇ ਤੱਕ ਕੁਝ ਵੀ ਮੈਚੁਰ ਨਹੀਂ ਹੈ ਨਾ ਮਜੀਠੀਆ ਸਾਹਿਬ ਸਾਹਮਣੇ ਆਏ ਨੇ ਨਾ ਕੋਈ ਗੱਲਾਂ ਸਾਹਮਣੇ ਆਈਆਂ ਨੇ ਹਜੇ ਤਾਂ ਬਿਆਨਬਾਜ਼ੀ ਚੱਲ ਰਹੀ ਹੈ ਹਜੇ ਤੱਕ ਕਾਰਵਾਈ ਚੱਲ ਰਹੀ ਹੈ ਪੁਲਿਸ ਆਪਣੀ ਭੱਜ ਦੌੜ ਕਰ ਰਹੀ ਹੈ ਕਿ ਮਜੀਠੀਆ ਸਾਹਿਬ ਕਿੱਥੇ ਨੇ ਉਹਨਾਂ ਨੂੰ ਪੁੱਛਿਆ ਜਾਏ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਮਜੀਠੀਆ ਸਾਹਿਬ ਸਾਹਮਣੇ ਨਹੀਂ ਆਏ ਹਜੇ ਕੇਸ ਪੈਂਡਿੰਗ ਹੈ ਹਜੇ ਕੋਰਟ ਦੇ ਵਿੱਚ ਐਫ ਆਈ ਆਰ ਪੈਂਡਿੰਗ ਹੈ ਸੋ ਨਾਥਿੰਗ ਇਜ਼ ਕਲੀਅਰ ਜੀ ਬਿਲਕੁਲ ਸਾਰਾ ਕੁਝ ਕਲੀਅਰ ਹੋਏ ਤੇ ਗੱਲਬਾਤ ਪੂਰੀ ਸਾਹਮਣੇ ਆ ਜਾਏਗੀ ਹੱਲੇ ਸਿਆਸੀ ਪਾਰਟੀਆਂ ਮਜੀਠੀਆ ਹੁਣਾ ਦੇ ਕੇਸ ਦੇ ਉੱਤੇ ਆਪਣੀਆਂ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੀਆਂ ਨੇ ਔਰ ਜੇ ਮਜੀਠੀਆ ਹੁਣਾ ਦਾ ਕੇਸ ਕੋਰਟ ਦੇ ਵਿੱਚ ਵੀ ਹੈ ਤੇ ਸਰਕਾਰ ਵੀ ਇਧਰੋਂ ਐਕਸ਼ਨ ਲੈ ਰਹੀ ਹੈ ਚਲੋ ਫਿਲਹਾਲ ਦੇਖੋ ਕੀ ਨਿਕਲਦਾ ਇਸ ਕੇਸ ਦਾ ਸੱਟਾ ਆਪਾਂ ਇੱਥੇ ਕਹਿ ਸਕਦੇ ਕਿ ਆਪਣਾ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ ਕਰੰਟ ਨਿਊਜ਼ ਐਂਡ ਵਿਊਜ਼ ਸਾਡਾ YouTube ਚੈਨਲ ਹੈ ਪੰਜਾਬ ਮੀਡੀਆ US TVS ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹੁਣ ਮੈਨੂੰ ਬਰਨੂਨ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ਕੰਧਾ ਨੂੰ ਦੇ ਦਿ